ਆਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਧਰਨ ਸਵੱਲੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੋਹੇ ਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਟਾ ਉਹ ਪਹਿਲਾਂ ਆ ਗਿਆ ਗੁਰਾਂ ਕੋਲੋਂ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਆ ਗਿਆ ਗੁਰਾਂ ਦੇ ਕੋਲੋਂ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਹਰ ਪੈ ਆਖੀ ਹੈ ਕਾਰਜ
ਤੇ ਸਵਾਰ ਸਤਿਗੁਰ ਸਚ ਸਾਖੀ ਪਰਮ ਸਤਿਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੀ ਸਾਹਿਬ ਸਿੰਘ ਜੀ ਆਪ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ। ਸਤਿਗੁਰਾਂ ਦਾ ਵਚਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰੇ ਮਨ ਤਨ ਸੀਤਲ ਹੋਏ ਦੇ ਮਹਾਂਵਾਕ ਅਨੁਸਾਰ ਕਿੰਨੇ ਭਾਗ ਨੇ ਇਹਨਾਂ ਬੱਚੀਆਂ ਦੇ ਕਿੰਨੇ ਚੰਗੇ ਪੂਰਵਲੇ ਕਰਮ ਨੇ। ਗੁਰਮੁਖੋ ਉਪਰਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਦੇ ਨੇ ਮਹਾਂਪੁਰਸ਼ ਸੰਤ ਬਾਬਾ ਜਗਰੂਪ ਸਿੰਘ ਸਾਰੀ ਸਿੰਗਤ ਰਲ ਮਿਲ ਕੇ ਜੋ ਕਿ ਮਹਾਨ ਉਪਰਾਲਾ ਹੈ ਬਹੁਤ ਵੱਡਾ ਦਾਨ ਹੈ ਜੋ ਸਾਰੇ ਰਲ ਮਿਲ ਕੇ ਆਪਾਂ ਉਸ ਦਾਨ ਦੇ ਵਿੱਚ ਹਾਜ਼ਰੀਆਂ ਭਰਨ ਲਈ ਪਹੁੰਚੇ ਹਾਂ। ਸੋ ਇਸ ਜਿਹੜਾ ਵਿਸ਼ੇ ਤੇ ਮਹਾਂਪੁਰਸ਼ਾਂ ਨੇ ਚਲਾਈ ਹੈ ਰੀਤ ਉਹਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਜਿਹੜੇ ਬੱਚਿਆਂ ਦਾ ਵਿਆਹ ਹੈ ਔਰ ਉਹਨਾਂ ਦੇ ਘਰੋਂ ਜਿਹੜੇ ਬੱਚੇ ਨੇ ਸਿੰਘੋ ਤੁਹਾਡੇ ਵੀ ਵੱਡੇ ਭਾਗ ਨੇ। ਮੈਂ ਬੇਨਤੀ ਕਰਾਂਗਾ ਕਿਉਂਕਿ ਇਹ ਜਿਹੜਾ ਇੰਨਾ ਵੱਡਾ ਸਮਾਗਮ ਹੋਣਾ ਸਾਰੀਆਂ ਸੰਗਤਾਂ ਦੇ ਵਿੱਚ ਵੱਡੇ ਭਾਗ ਹੁੰਦੇ ਨੇ ਤਾਂ ਇਹ ਸਮਾਂ ਮਿਲਦਾ ਤੇ ਤੁਹਾਨੂੰ ਬੇਨਤੀ ਹੈ ਇੱਕੋ ਹੀ ਤੁਹਾਡੇ ਚਰਨਾਂ ਵਿੱਚ ਕਿ ਜਿਹੜੇ ਪੰਜ ਮਹਾਂਪੁਰਸ਼ਾਂ ਨੇ ਵਿਆਹ ਕਰਾ ਰਹੇ ਨੇ ਰਲ ਮਿਲ ਕੇ ਇਹ ਉਪਰਾਲਾ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਦੇ ਚਰਨਾਂ ਦੇ ਨਾਲ ਜੋੜਨ ਦਾ ਹੈ। ਆਖੋ ਸਤਨਾਮ। ਹੁਣ ਵੇਖੋ ਆਪਾਂ ਸਤਿਗੁਰਾਂ ਤੋਂ ਦੂਰ ਆ ਹਜੇ ਆਪਣੇ ਕੇਸ ਸ਼ਾਇਦ ਹੋਣਗੇ ਪਰ ਦਾੜੀਆਂ ਸਭ ਦੇ ਇਕੱਠੀਆਂ ਹੋਈਆਂ ਨੇ। ਬੇਨਤੀ ਹੈ ਤੁਹਾਡੇ ਚਰਨਾਂ ਚ ਕਿ ਗੁਰਮੁਖੋ ਸਤਿਗੁਰਾਂ ਕੋਲੇ ਹੁਣ ਪਰਨ ਕਰਕੇ ਜਾਇਓ। ਬੇਨਤੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ ਤੇ ਆਪਣੇ ਨਾਲ ਹੀ ਜੋੜ ਕੇ ਰੱਖਿਓ। ਆਖੋ ਸਤਨਾਮ। ਸਤਿਗੁਰਾਂ ਕੋਲੋਂ ਖੁਸ਼ੀਆਂ ਤੇ ਪਰਨ ਕਰਕੇ ਜਾਇਓ ਸਤਿਗੁਰਾਂ ਕੋਲੇ। ਕਿੰਨਾ ਵੱਡਾ ਉਪਰਾਲਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਮਹਾਂਪੁਰਸ਼ਾਂ ਨੂੰ ਪ੍ਰੇਰਨਾ ਹੋਈ ਸਾਰਿਆਂ ਦੇ ਨਾਲ ਮਿਲ ਕੇ ਮਹਾਨ ਕਾਰਜ ਰੰਭਿਆ। ਸੋ ਕਿੰਨਾ ਸੋਹਣਾ ਲੱਗਦਾ ਸਰੂਪ ਗੁਰੂ ਨਿਰੰਕਾਰ ਦਾ ਦਿੱਤਾ ਹੋਇਆ ਸਾਬਤ ਸੂਰਤ ਜਿਹੜੀ ਹੈ। ਸੋ ਇਸ ਸੂਰਤ ਦੇ ਵਿੱਚ ਜਿਹੜੀ ਨਿਰੰਕਾਰ ਦੀ ਦਿੱਤੀ ਸਾਬਤ ਸੂਰਤ ਵਿੱਚ ਰਹਿ ਕੇ ਆਪਣਾ ਫਰਜ਼ ਹੀ ਬਣਦਾ ਹੈ ਕਿ ਅਸੀਂ ਆਪਣਾ ਜੀਵਨ ਨੂੰ ਸੁਧਾਰੀਏ ਤੇ ਅੱਗੇ ਵਾਸਤੇ ਵੀ ਖੁਸ਼ੀਆਂ ਦੇ ਪਾਤਰ ਬਣੀਏ। ਸੋ ਸਾਧ ਸਿੰਘ ਜੀ ਇਤਨਾ ਸਮਾਂ ਹੈ ਇੱਕੋ ਸ਼ਬਦ ਧਾਰਨਾ ਇੱਕ ਪੜ੍ਹ ਕੇ ਸਮਾਪਤੀ ਹੈ। ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਜੋੜਿਆਂ ਨੂੰ ਜਿਹਨਾਂ ਨੇ ਅੱਜ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਵਿਵਾਹ ਹੈ ਪੰਜ ਵਿਆਹ ਨੇ ਸਾਧ ਸਿੰਘ ਪੰਜਾਂ ਵਿੱਚ ਕਹਿੰਦੇ ਪਰਮੇਸ਼ਰ ਹੈ ਪਰ ਸਾਧ ਸਿੰਘ ਜੀ ਆਓ ਆਪਾਂ ਉਹਨਾਂ ਦੇ ਸਤਿਗੁਰਾਂ ਦੇ ਬਚਨਾਂ ਦੇ ਕੋਲੇ ਬਚਨ ਮੰਨ ਕੇ ਆਪਣਾ ਜੀਵਨ ਜੋ ਗ੍ਰਸਤ ਮਾਰਗ ਵਿੱਚ ਪ੍ਰਵੇਸ਼ ਹੋਣ ਜਾ ਰਹੇ ਹਾਂ ਪਰਨ ਕਰਕੇ ਜਾਈਏ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਨਾਲ ਹੁਣ ਸਾਡਾ ਜਿਹੜਾ ਨਿਉਣ ਲੱਗ ਗਿਆ ਰਹਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਹੀ ਰਵੇ। ਆਖੋ ਸਤਨਾ। ਆਓ ਇੱਕੋ ਹੀ ਧਾਰਨਾ ਪੜਾਂਗੇ। ਦਸ ਮਿੰਟ ਦਾ ਸਮਾਂ ਸੀ ਕੋਈ ਅਸੀਂ ਸਮਾਂ ਲਾਉਣ ਨਹੀਂ ਆਏ ਅਸੀਂ ਤੇ ਮਹਾਂਪੁਰਸ਼ਾਂ ਦੇ ਬਚਨ ਅਨੁਸਾਰ ਹਾਜ਼ਰੀ ਸਿਰਫ ਦਰਸ਼ਨ ਕਰਨ ਲਈ ਸੰਗਤਾਂ ਦੇ ਆਏ ਸਨ ਪਰ ਹੁਕਮ ਸੀ ਕਿ ਪੰਜ ਸੱਤ ਮਿੰਟ ਹਾਜ਼ਰੀ ਭਰ ਲਿਓ। ਆਓ ਇੱਕ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਹੈ। ਸੰਤ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦਾ ਸਮਾਂ ਹੈ ਉਹ ਲਾਉਣਗੇ। ਆਓ ਪਿਆਰ ਨਾਲ ਇੱਕ ਧਾਰਨਾ ਪੜੋ ਜੀ। ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਜੀ ਤੁਮਰੇ ਕਾਜ ਸਵਾਰੇ ਸਵਾਰੇ ਵਾਹਿਗੁਰੂ
काज सवारे फिर कर बैसो हर जन प्यारे सतगुरु तुमरे काज सवारे सच्चे पातशाह जी आप मेरा करके कार्य सवार देने आओ समा समाप्त है हुण महापुरश अगला समा लाउणगे इतनी की हाजरी दास दी प्रवान करो सारे आखो जी वाहिगुरु जी का खालसा वाहिगुरु जी की फतेह वाहिगुरु जी का